जरा
ਬਚਨ ਕੀਤਾ ਕਿ ਲਿਵ ਤੇ ਧਾਤ ਤੋਰਾ ਨੇ ਲਿਵ ਹੈ ਲੱਗਣਾ ਜੁੜਨਾ ਟਿਕਣਾ ਇਕਾਗਰ ਹੋਣਾ ਜੁੜ ਜਾਣਾ ਜਿੱਥੇ ਧਾਤ ਖਤਮ ਹੋ ਜਾਂਦੀ ਧਾਤ ਦਾ ਮਰਦਾ ਮਤਲਬ ਹੁੰਦਾ ਧਾਵਣਾ ਦੌੜਨਾ ਜਿੱਥੇ ਟਿਕਾਓ ਨਾ ਰਹੇ ਜਿੱਥੇ ਮਨੁੱਖ ਦੀ ਇਕਾਗਰਤਾ ਨਾ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਵਾਰ ਸ਼ਬਦ ਆਇਆ ਸੀ ਸਤਿਗੁਰੂ ਨੇ ਆਖਿਆ ਗੱਲ ਵੱਖਰੀ ਹੈ ਕਿ ਦੌਲਤ ਦਾ ਨਜ਼ਰੀਆ ਆਪਣਾ ਆਪਣਾ ਹੈ ਕਿਸੇ ਦੀ ਦੌਲਤ ਸੰਤਾਨ ਹੈ ਉਹਨੂੰ ਵੀ ਦੌਲਤ ਆਖਦਾ ਹੈ ਕਿਸੇ ਦੀ ਦੌਲਤ ਮਾਨ ਸਨਮਾਨ ਹੈ ਉਹ ਵੀ ਉਹਦੀ ਦੌਲਤ ਹੈ ਕਿਸੇ ਦੀ ਦੌਲਤ ਅਸੰਪਦਾ ਹੈ ਮਹਲ ਵਾਲੀਆਂ ਬੈਂਕ ਬੈਲੈਂਸ ਤੇ ਗੁਰੂ ਨੇ ਬਾਣੀ ਵਿੱਚ ਕਹਿ ਦਿੱਤੀ ਇੱਕ ਗੱਲ ਕਿ ਕਹਿਣ ਲੱਗੇ ਕਈ ਲੋਕ ਐਸੇ ਵੀ ਨੇ ਜਿਹੜੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਣੀ ਦੌਲਤ ਨਹੀਂ ਸਮਝਦੇ ਜਿਵੇਂ ਬਾਣੀ ਵਿੱਚ ਆ ਕੇ ਕਹਿਣ ਲੱਗੀ ਲਿਵ ਤੇ ਹੈ ਧਾਤ ਦੋਏ
ਰਾਹ ਹੈ ਗੁਰਬਾਣੀ ਅੰਦਰ ਫੈਸਲਾ ਦੇ ਦਿੱਤਾ। ਜੁੜਨਾ, ਇਕਾਗਰ ਹੋਣਾ ਤੇ ਧਾਉਣਾ, ਵਿਛੜ ਜਾਣਾ, ਟਿਕਾਣਾ ਕੋਈ ਨਾ ਰਹਿਣਾ, ਇਹ ਦੋ ਰਸਤੇ। ਇਹਨਾਂ ਵਿੱਚੋਂ ਇੱਕ ਦੀ ਚੋਣ ਹੈ। ਇੱਥੇ ਜਿਸ ਦਾ ਜ਼ਿਕਰ ਹੈ ਉੱਥੇ ਵਾਰ ਵਾਰ ਇੱਕ ਲਫ਼ਜ਼ ਨੇ, ਨਾਉ ਮੇਰੀ ਖੇਤੀ, ਨਾਉ ਮੇਰੀ ਬਾਰੀ, ਭਗਤ ਕਰੋ ਜਨ ਸ਼ਰਨ ਤੁਮਾਰੀ, ਦਾ ਜ਼ਿਕਰ ਹੋ ਗਿਆ। ਸੰਸਾਰ ਸੰਪਦਾ ਨਹੀਂ, ਨਾਉ ਮੇਰੇ ਮਾਇਆ, ਨਾਉ ਮੇਰੀ ਪੂੰਜੀ, ਨਾਉ ਮੇਰੇ ਮਾਇਆ, ਨਾਉ ਮੇਰੀ ਪੂੰਜੀ, ਤੂੰ ਛੋੜ ਜਾਣੋ ਨਹੀਂ ਦੂਜੀ। ਹਰ ਕਿਸੇ ਦੀ ਆਪਣੀ ਦੌਲਤ, ਮੇਰੀ ਆਪਣੀ ਦੌਲਤ ਹੈ। ਮਨੁੱਖ ਦੌਲਤ ਨੂੰ ਇਕੱਠਿਆ ਕਰਦਾ ਹੈ। ਮਨੁੱਖ ਦੀ ਜ਼ਿੰਦਗੀ ਦਾ ਦਾਰੋ ਮਦਾਰ ਜਿੰਨਾ ਉਹ ਦੌਲਤ ਪਿੱਛੇ ਹੈ। ਇਹ ਗੱਲ ਵੱਖਰੀ ਹੈ ਕਿ ਦੌਲਤ ਦਾ ਨਜ਼ਰੀਆ ਆਪਣਾ, ਉਸ ਕਿਸ ਚੀਜ਼ ਨੂੰ ਆਪਣੀ ਦੌਲਤ ਜਾਣਦਾ। ਕਹਿਣ ਲੱਗੇ ਰਾਸ ਪੂੰਜੀ ਏਕ, ਰਾਸ ਵੀ ਪੂੰਜੀ ਵੀ ਦੌਲਤ ਹੈ। ਕਹਿਣ ਲੱਗੇ ਜੇ ਇਹ ਦੌਲਤ ਹੈ ਤੇ ਫਿਰ ਜਿਹਨੂੰ ਮਿਲ ਜਾਏ ਉਹਦਾ ਤੇ ਧਾਉਣਾ ਖਤਮ ਹੋ ਗਿਆ। ਦੌਲਤ ਤਾਂ ਦੌਲਤ ਪਿੱਛੇ ਸੀ ਤੇ ਗੁਰੂ ਨੇ ਇਸੇ ਲਈ ਇੱਕ ਸ਼ਬਦ ਦੀਆਂ ਦੋ ਲਾਈਨਾਂ ਵਿੱਚ ਫੈਸਲਾ ਦੇ ਦਿੱਤਾ। ਕਹਿਣ ਲੱਗੇ ਮੇਰੀ ਦੌਲਤ ਮਿਲ ਗਈ, ਮਨ ਮੇਰੋ ਧਾਵਨ ਤੇ ਛੁਟਿਓ, ਮੇਰਾ ਧਾਵਨਾ ਦੌੜ ਖਤਮ ਹੋ ਗਈ। ਮਨ ਮੇਰੋ ਧਾਵਨ ਤੇ ਛੁਟਿਓ, ਘਰ ਬੈਠੋ ਵਿਸਰਾਮ, ਵਿਸਰਾਮ ਇਕਾਗਰਤਾ। ਇਕਾਗਰਤਾ ਕਿਵੇਂ ਆਈ? ਮਾਇਆ ਮਮਤਾ ਤਨ ਤੇ ਭਾਗੀ, ਉਹ ਜਿਹੜੀ ਮਮਤਾ ਪਿਆਰ ਮਾਇਆ ਦਾ ਸੀ, ਸੰਪਦਾ ਦਾ ਸੀ, ਦੌਲਤ ਦਾ ਸੀ, ਉਹ ਤਨ ਤੋਂ ਉੱਠ ਗਿਆ। ਭਾਵੇਂ ਇਸ ਜੀਵਨ ਤੋਂ ਸੰਬੰਧ ਤੋੜ ਬੈਠਾ। ਮਨ ਮੇਰੋ ਧਾਵਣ ਤੇ ਛੁਟਿਓ, ਕਰ ਬੈਠੋ ਵਿਸਰਾਮ, ਮਾਇਆ ਮਮਤਾ ਤਨ ਤੇ ਭਾਗੀ। ਪਰ ਉਹ ਤਨ ਤੋਂ ਕਿਵੇਂ ਗਈ, ਇਸ ਜੀਵਨ ਤੋਂ ਵੱਖ ਕਿਵੇਂ ਹੋਈ? ਉਪਜੇ ਉਹ ਨਿਰਮਲ ਗਿਆਨ, ਲੋਕਾਂ ਨੂੰ ਗਿਆਨ ਤੇ ਗਈ। ਹੁਣ ਇੱਥੇ ਇਸ ਬਾਬਾ ਕਬੀਰ ਜੀ ਦੇ ਸ਼ਬਦ ਵਿੱਚ ਜਿਹੜੇ ਦੋ ਲਫ਼ਜ਼ ਨੇ ਨਾ, ਉਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਵਿਚਾਰਨਾ। ਹੋ ਸਕਦਾ ਇਸ ਸ਼ਬਦ ਦੇ ਲੰਬਾ ਸ਼ਬਦ ਵੀ ਲੰਬਾ ਅਤੇ ਕੁਝ ਵਿਚਾਰਨ ਵਾਲਾ ਵੀ ਜ਼ਿਆਦਾ। ਇਹਦੇ ਵੱਖ ਵੱਖ ਪਹਿਲੂ ਨੂੰ ਆਪਾਂ ਨੂੰ ਕਈ ਹਿੱਸਿਆਂ ਵਿੱਚ ਵੰਡ ਕੇ ਸੰਪੂਰਨ ਕਰਨਾ ਪਵੇ। ਹੁਣ ਕਹਿੰਦੇ ਨੇ ਜਿਹਨੂੰ ਮਿਲਣਾ ਉਹਦੇ ਟਿਕਾਣੇ ਦਾ ਤਾਂ ਪਤਾ ਹੋਣਾ ਚਾਹੀਦਾ ਹੈ। ਜਿਹਦੇ ਨਾਲ ਲਿਵ ਲਾਉਣੀ ਹੈ, ਲਿਵ ਤੋਂ ਭਾਵ ਇਕਾਗਰਤਾ, ਜਿਹਦੇ ਵਿੱਚ ਸਮਾਣਾ ਹੈ। ਜਿੱਥੇ ਜਾ ਕੇ ਦੌੜ ਖਤਮ ਹੋ ਗਈ, ਦੌੜ ਖਤਮ ਹੁੰਦੀ ਹੈ ਹਮੇਸ਼ਾ ਮੰਜ਼ਿਲ ਤੇ ਜਾ ਕੇ। ਜਿੱਥੇ ਦੌੜ ਖਤਮ ਹੋਵੇ ਨਾ, ਉਹਨੂੰ ਅਸੀਂ ਕਹਿੰਦੇ ਹਾਂ ਇੱਥੇ ਹੁਣ ਮੇਰੀ ਮੰਜ਼ਿਲ ਆ ਗਈ, ਬਸ ਇਸ ਤੋਂ ਅੱਗੇ ਨਹੀਂ ਤੁਰਨਾ। ਹੁਣ ਦੌੜ ਤਾਂ ਖਤਮ ਤਾਂ ਹੀ ਹੋਵੇ ਮੰਜ਼ਿਲ ਮਿਲੇ, ਤੇ ਮੰਜ਼ਿਲ ਕਿਹੜੀ ਹੈ, ਉਹ ਕਿਵੇਂ ਮਿਲੇ? ਜੇ ਪ੍ਰਭੂ ਦਾ ਹਰੀ ਦਾ
ਨਾਮ ਉਹਦੇ ਨਾਲ ਲੱਗੀ ਹੋਈ ਲਿਵ ਹੀ ਮੇਰੀ ਮੰਜ਼ਿਲ ਹੈ। ਇੱਥੇ ਗੁਰੂ ਨੇ ਕਹਿ ਦਿੱਤਾ ਕਹਿਣ ਲੱਗੇ ਜੀਵ ਆਤਮਾ ਗੁਰੂ ਸੱਚ ਕਹਿੰਦਾ ਤੇ ਸੱਚ ਹਮੇਸ਼ਾ ਸੱਚ ਰਹਿੰਦਾ ਬਦਲਦਾ ਕਿਉਂਕਿ ਉਹ ਗੁਣ ਰੂਪ ਪਰਮਾਤਮਾ ਹੈ। ਤੇ ਉਹਦੇ ਨਾਲ ਮਿਲਾਪ ਦਾ ਮਤਲਬ ਵੀ ਆਪਾਂ ਅੱਗੇ ਕਹਿ ਚੁੱਕੇ ਹਾਂ ਵੀ ਗੁਣ ਹੈ। ਤੇ ਆਪਾਂ ਇਸਦੀ ਐਗਜ਼ਾਮਪਲ ਵਜੋਂ ਇੱਕ ਵਾਰ ਅਰਜ਼ ਕੀਤੀ ਸੀ ਕਿ ਬਾਬਾ ਕਬੀਰ ਜੀ ਨੇ ਵੀ ਆਖ ਦਿੱਤਾ ਸੰਤਨ ਸੰਗ ਕਬੀਰਾ ਬਿਗੜਿਓ ਸੋ ਕਬੀਰ ਆਰਾਮੇ ਹੋਏ ਪਿਓ, ਕਬੀਰ ਆਰਾਮ ਹੋ ਗਿਆ। ਆ ਤੂੰ ਤੂੰ ਕਰਤਾ ਤੂੰ ਹੁਆ ਜਬ ਹਮ ਹੋਤੇ ਤਬ ਤੂੰ ਨਹੀਂ ਤਬ ਤੂੰ ਹੀ ਮੈਂ ਨਹੀਂ। ਇਹਨੂੰ ਕਦੇ ਵਿਚਾਰੋ ਤੇ ਉਸੇ ਮੰਜ਼ਿਲ ਤੇ ਆ ਪਹੁੰਚੀ ਤੇ ਵੀ ਜਿੰਨੀ ਦੇਰ ਮੇਰੀ ਮਰਜ਼ੀ ਮੇਰੀ ਸੋਚ ਮੈਂ ਆਪਣੀ ਮੱਤ ਤੇ ਚੱਲ ਰਿਹਾ ਓਨੀ ਦੇਰ ਤੇਰਾ ਮੇਰਾ ਸੰਬੰਧ ਨਹੀਂ ਬਣਦਾ। ਤੂੰ ਉੱਥੇ ਨਹੀਂ ਜਿੱਥੇ ਮੈਂ ਹਾਂ, ਜਿੱਥੇ ਆਪਣੀ ਮਰਜ਼ੀ ਜਾ ਬਿਨਾਂ ਆਪਣੀ ਆਪਣੀ ਦਹਾਰੀ ਵਾਲੀ ਗੱਲ ਹੈ। ਜਦੋਂ ਮੈਂ ਆਪਣੀ ਮਰਜ਼ੀ ਆਪਣੀ ਮੱਤ ਮੁਤਾਬਕ ਜੀਵਨ ਗੁਜ਼ਾਰਨਾ ਚਾਹਾਂਗਾ ਕੁਛ ਕਰਨਾ ਚਾਹਾਂਗਾ ਉੱਥੇ ਕੁਝ ਵੀ ਨਹੀਂ। ਤੂੰ ਕਰਤਾ ਕਰਨਾ ਮੈਂ ਨਹੀਂ, ਜਾਂ ਹਾਂ ਕਰੀ ਜੇ ਮੈਂ ਆਖਾਂ ਮੈਂ ਕੁਝ ਕੀਤਾ ਨਹੀਂ ਹੋ ਸਕਦਾ। ਤੂੰ ਕਰਤਾ ਕਰਨਾ ਮੈਂ ਨਹੀਂ, ਜਾਂ ਹਾਂ ਕਰੀ ਨਾ ਹੋਈ। ਜਬ ਹਮ ਹੋਤੇ ਤਬ ਤੂੰ ਨਹੀਂ ਤਬ ਤੂੰ ਹੀ ਮੈਂ ਨਹੀਂ। ਹੁਣ ਮੈਂ ਆਪਣੀ ਮੱਤ ਖਤਮ ਕਰ ਦਿੱਤੀ ਹੈ, ਆਪਣਾ ਭੇਟ ਕਰਨਾ ਆਪਣਾ ਭੇਟ ਕਰਨਾ ਕੀ ਹੈ। ਹੁਣ ਮੈਂ ਆਪਣੀ ਮੱਤ ਦੇ ਦੁਆਲੇ ਨਹੀਂ ਚੱਲਦਾ, ਮੈਂ ਆਪਣੀ ਮੱਤ ਦੀ ਅਗਵਾਈ ਵਿੱਚ ਜੀਵਨ ਨਹੀਂ ਗੁਜ਼ਾਰਨਾ ਚਾਹੁੰਦਾ। ਹੇ ਪ੍ਰਭੂ ਜੋ ਤੇਰੀ ਮੱਤ ਹੈ ਉਹ ਮੇਰੇ ਜੀਵਨ ਦੀ ਅਗਵਾਈ ਕਰੇ, ਤੇ ਤੇਰੀ ਮੱਤ ਗੁਣ ਹੈ ਮੇਰੀ ਮੱਤ ਅਵਗੁਣ ਹੈ, ਆਹੀ ਫਰਕ ਹੈ। ਤੂੰ ਫਿਰ ਗੁਣਵੰਤਾ ਹਮ ਅਵਗੁਣ ਆ ਰਹਾ, ਤੇਰੇ ਕੋਲ ਗੁਣ ਨੇ ਮੇਰੇ ਕੋਲ ਅਵਗੁਣ ਨੇ, ਫਰਕ ਇੰਨਾ ਹੀ। ਜੇ ਮੈਂ ਆਪਣੀ ਮਰਜ਼ੀ ਨਾਲ ਚੱਲਾਂ ਤੇ ਗੁਨਾਹਾਂ ਵਿੱਚ ਪੈ ਜਾਣਾ, ਮਨ ਮਤ ਬਣ ਜਾਂਦੀ, ਵਿਕਾਰੀ ਹੋ ਜਾਣਾ, ਭਰਮੀ ਹੋ ਜਾਣਾ, ਫਿਰ ਉਹਦੇ ਵਿੱਚ ਭਟਕਣਾ, ਦੁਖੀ ਵੀ ਹੋ ਜਾਣਾ, ਮੇਰੀ ਆਤਮਾ ਮਰ ਵੀ ਜਾਂਦੀ, ਮੇਰੀ ਆਤਮਾ ਨਿਰਬਲ ਵੀ ਹੋ ਜਾਂਦੀ, ਕਮਜ਼ੋਰ ਵੀ ਹੋ ਜਾਂਦੀ। ਆਤਮਾ ਦੀ ਕਮਜ਼ੋਰੀ ਕੀ ਹੈ? ਅਵਗੁਣਾ ਕਰਕੇ। ਇਹ ਸਾਰੀਆਂ ਚੀਜ਼ਾਂ ਬੁਢੇਪਾ ਮੌਤ ਇਹ ਸਾਰਾ ਕੁਝ ਮੇਰੀ ਆਪਣੀ ਮੱਤ ਤੋਂ ਜਨਮ ਲੈਂਦਾ। ਤੇ ਜਿਸ ਦਿਨ ਮੈਂ ਤੇਰੇ ਮੱਤ ਤੇ ਆ ਜਾਵਾਂ ਉਹਦੇ ਵਿੱਚ ਸਾਰੇ ਗੁਣ ਨੇ, ਅਵਗਣ ਕੋਈ ਨਹੀਂ, ਮੇਰੇ ਕੋਲ ਸਾਰੇ ਅਵਗਣ ਨੇ, ਸਭ ਅਵਗੁਣ ਮੈਂ, ਗੁਣ ਨਹੀਂ ਕੋਈ। ਕਿਉਂ ਕਰਕੰਤ ਮਿਲਾਵਾ ਹੋਈ ਮੇਰਾ ਤੇਰਾ ਮੇਲ ਉਹ ਲਿਵ ਲੱਗਣੀ ਅਭੇਤਾ ਇਕਾਗਰਤਾ ਮੰਜ਼ਲ ਕਿਵੇਂ ਬਣੇ? ਕਿਉਂਕਿ ਤੇਰੀ ਮੇਰੀ ਦੂਰੀ ਹੀ ਗੁਣ ਤੇ ਅਵਗੁਣ ਦੀ ਦੀਵਾਰ ਤੇ ਨਿਰਭਰ ਹੈ। ਮੇਰੇ ਕੋਲ ਸਾਰੇ ਅਵਗੁਣ ਨੇ, ਤੂੰ ਫਿਰ ਗੁਣਵੰਤਰ, ਦੋਵਾਂ ਦਾ ਮੇਲ ਨਹੀਂ ਹੋ ਸਕਦਾ। ਸਭ ਅਵਗੁਣ ਮੈਂ, ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ? ਨਾ ਮੈਂ ਰੂਪ ਨਾ ਬੰਕੇ ਨੈਣਾ ਨਾ ਕੁਲ ਢੰਗ
ਨਾ ਮਿੱਠੇ ਬਹਿਣਾ, ਉਹ ਗੱਲ ਵੱਖਰੀ ਹੈ ਵੀ ਤੂੰ ਮੇਰੇ ਅਵਗੁਣਾਂ ਵੱਲ ਦੇਖੇ ਨਾ, ਕਿਉਂਕਿ ਤੇਰੇ ਗੁਣ ਹੀ ਇੰਨੇ ਜ਼ਿਆਦਾ ਨੇ, ਤੂੰ ਮੇਰੇ ਅਵਗੁਣਾਂ ਨੂੰ ਛੱਡ ਦੇਣਾ ਭੁੱਲ ਜਾਣਾ। ਪਰ ਮੇਰੇ ਕੋਲ ਅਵਗੁਣ ਨੇ, ਉਸ ਦਿਨ ਵੀ ਲੋਕ ਆਏ ਸਨ। ਜੇ ਬਾਬਾ ਕਬੀਰ ਰਾਮ ਬਣਦਾ ਹੈ ਤੇ ਉਹ ਇਹ ਨਹੀਂ ਕਿ ਉਹਦਾ ਸਰੀਰ ਬਦਲਦਾ ਹੈ, ਉਹਦੀ ਸ਼ਕਲ ਬਦਲਦੀ ਹੈ, ਉਹਦਾ ਨਾ ਉਹਦੇ ਗੁਣ ਬਦਲਦੇ ਨੇ, ਉਹਦਾ ਸੁਭਾਅ ਬਦਲਦਾ। ਇਹਦਾ ਮਤਲਬ ਹੈ ਰੱਬ ਲਈ, ਪ੍ਰਭੂ ਦੇ ਮਿਲਾਪ ਲਈ ਗੁਣਾਂ ਦਾ ਹੋਣਾ, ਸੁਭਾਅ ਦਾ ਬਦਲਣਾ ਜ਼ਰੂਰੀ ਹੈ। ਹੁਣ ਸੁਭਾਅ ਜਿਹੜਾ ਉਹ ਸਰੀਰ ਵਿੱਚ ਨਹੀਂ, ਲੋਕ ਇੱਥੇ ਰੁਕਣਾ ਚਾਹੁੰਦੇ, ਸੁਭਾਅ ਸਰੀਰ ਕਰਕੇ ਨਹੀਂ, ਮਨ ਕਰਕੇ। ਸਰੀਰ ਤਾਂ ਮਨ ਦੇ ਸੁਭਾਅ ਦਾ ਪ੍ਰਗਟਾਵਾ ਹੈ, ਜ਼ਬਾਨ ਬੋਲਦੀ ਹੈ ਬਸ, ਉਹ ਕੌੜਾ ਬੋਲਦੀ ਹੈ ਜਾਂ ਮਿੱਠਾ ਬੋਲਦੀ ਹੈ ਇਹ ਫੈਸਲਾ ਤਾਂ ਮਨ ਕਰਦਾ। ਜਿਹੋ ਜਿਹਾ ਮਨ ਹੋਵੇਗਾ ਉਹਦੀ ਬੋਲੀ ਬਦਲ ਜਾਏਗੀ, ਜਦੋਂ ਮਨ ਬਦਲੇਗਾ ਬਦਲੀ ਬੋਲੀ ਬਦਲੇਗੀ, ਵਿਚਾਰਧਾਰਾ ਬਦਲੇਗੀ। ਇਸ ਲਈ ਇੱਕ ਖਿਆਲ ਕਰਿਓ, ਸੁਭਾਅ ਜਿਹੜਾ ਹੈ ਉਹ ਮਨ ਵਿੱਚ ਪ੍ਰਵੇਸ਼ ਕਰਦਾ, ਤਨ ਤਾਂ ਉਹਨੂੰ ਕੇਵਲ ਪ੍ਰਗਟਾਵਾ ਦਿੰਦਾ। ਮਨ ਜਿਹੋ ਜਿਹਾ ਹੋਏਗਾ ਅੱਖਾਂ ਉਹ ਜਿਹਾ ਦੇਖਣਗੀਆਂ, ਜੇ ਉਹਨਾਂ ਦੀ ਮਨ ਦੀ ਮਰਜ਼ੀ ਨਾਲ ਉਹਨੂੰ ਸੀਨ ਦ੍ਰਿਸ਼ ਨਹੀਂ ਦਿਸੇਗਾ ਤੇ ਉਹ ਮਨ ਦੀ ਮਰਜ਼ੀ ਦਾ ਦ੍ਰਿਸ਼ ਢੂੰਡਣਗੀਆਂ, ਕਿਤੋਂ ਮੈਨੂੰ ਆਹ ਕੁਝ ਦੇਖਣਾ ਮਿਲ ਜਾਏ, ਕਿਤੋਂ ਮੈਨੂੰ ਆਹ ਕੁਝ ਸੁਣਨਾ ਮਿਲ ਜਾਏ। ਇਸ ਲਈ ਜਿੰਨਾ ਸੁਭਾਅ ਹੈ ਉਹ ਮਨ ਵਿੱਚ ਹੈ, ਤੇ ਸੁਭਾਅ ਕਰਕੇ ਹੀ ਮਨੁੱਖ ਨੇ ਬਦਲਣਾ, ਤੇ ਗੁਣ ਵੀ ਇੱਕ ਸੁਭਾਅ ਹੈ ਅਵਗੁਣ ਵੀ ਇੱਕ ਸੁਭਾਅ ਹੈ। ਹੁਣ ਰੱਬ ਜਿਹੜਾ ਹੈ ਉਹ ਗੁਣ ਰੂਪ ਹੈ ਤੇ ਸੁਭਾਅ ਰਹਿੰਦਾ ਮਨ ਵਿੱਚ, ਇਸ ਲਈ ਰੱਬ ਵੀ ਮਨ ਵਿੱਚ ਰਹਿੰਦਾ। ਲਓ ਇੱਥੇ ਰੁਕਣਾ ਚਾਹੁੰਦਾ, ਜਿਹੜੀ ਮੰਜ਼ਿਲ ਦਿਖਾਈ ਮੈਨੂੰ ਬੜੇ ਸੋਹਣੇ ਲਫ਼ਜ਼ਾਂ ਵਿੱਚ ਕਹਿਣ ਲੱਗੀ, ਅਗਮ ਕਹਿੰਦੇ ਨੇ ਜਿਹੜਾ ਪੂਛ ਤੋਂ ਨਿਗਾਹ ਤੋਂ ਬਾਹਰ ਹੋ ਗਿਆ। ਰੱਬ ਨੂੰ ਵੀ ਉਹਦੇ ਜਦੋਂ ਨਿਰਗੁਣ ਸਰੂਪ ਦਾ ਮਸਲਾ ਆਇਆ ਉਹਨੂੰ ਅਗਮ ਅਗੋਚਰ ਆਖਿਆ ਗਿਆ ਹੈ। ਗੋਚਰ ਉਹਨੂੰ ਕਹਿੰਦੇ ਜਿੱਥੇ ਪਹੁੰਚ ਨਾ ਹੋਵੇ, ਅਗੋਚਰ ਉੱਥੇ ਪਹੁੰਚਣਾ, ਅਗਮ ਜਿਹੜਾ ਦਿਸਦਾ ਨਾ ਹੋਵੇ, ਜਿਹਨੂੰ ਪਛਾਣਿਆ ਨਾ ਜਾ ਸਕਦਾ ਹੋਵੇ। ਸਤਿਗੁਰੂ ਜੀ ਆਪਾਂ ਰੋਜ਼ ਪੜ੍ਹਨੇ, ਸਤਿਗੁਰੂ ਕਹਿੰਦੇ ਵੱਡੇ ਮੇਰੇ ਸਾਹਿਬਾ, ਵੱਡੇ ਮੇਰੇ ਸਾਹਿਬਾ, ਗੈਰ ਗੰਭੀਰਾ ਗੁਣੀ ਗਹੀਰਾ, ਕੋਈ ਨ ਜਾਣੇ ਤੇਰਾ ਕੇਤਾ ਤੇ ਵੱਡ ਚੀਰਾ। ਤੂੰ ਅਗਮ ਤੂੰ ਅਗੋਚਰ, ਹੁਣ ਜਿਹੜਾ ਉਹ ਅਗੰਭ ਤੇ ਅਗੋਚਰ ਹੈ ਜਿਵੇਂ ਮੈਂ ਅਰਜ਼ ਕੀਤੀ, ਉਹ ਹੈ ਸੁਭਾਅ। ਸੁਭਾਅ ਦਾ ਪ੍ਰਗਟਾਵਾ ਸਰੀਰ ਤੋਂ ਹੈ, ਸੁਭਾਅ ਦਾ ਨਿਵਾਸ ਸਰੀਰ ਵਿੱਚ ਨਹੀਂ, ਸੁਭਾਅ ਦਾ ਨਿਵਾਸ ਮਨ ਵਿੱਚ ਹੈ। ਇਹੋ ਕਾਰਨ ਹੈ ਸਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਜਿੰਨੇ ਵੇਦ ਸ਼ਾਸਤਰ ਧਰਮ ਗ੍ਰੰਥ ਨੇ, ਜਿੰਨੀਆਂ ਧਾਰਮਿਕ ਵਿਚਾਰਧਾਰਾ ਨੇ, ਉਹ ਸਰੀਰ ਨੂੰ ਬਦਲਣ ਵਾਸਤੇ ਨਹੀਂ ਬਣੀਆਂ, ਤੇ ਨਾ ਬਦਲਦਾ ਸਰੀਰ ਉਹਦੇ ਨਾਲ, ਉਹ ਮਨ ਨੂੰ ਬਦਲਣ ਵਾਸਤੇ। ਗੁਰਬਾਣੀ ਨੇ ਵੀ ਆਖ ਦਿੱਤਾ, ਮਨ ਸਮਝਾਵਣ ਕਾਰਨੇ ਫੈਸਲਾ ਸੰਬੰਧ, ਮਨ ਸਮਝਾਵਣ ਕਾਰਨੇ ਕੁਛੂ ਇੱਕ ਪੜੀਏ ਗਿਆਨ। ਜਿੰਨੀਆਂ ਗਿਆਨ ਦੀਆਂ ਗੱਲਾਂ ਨੇ ਉਹ ਤਨ ਨੂੰ ਸਮਝਾਉਣੀ ਥੋੜ੍ਹੀ, ਤਨ ਦਾ ਤਾਂ ਰੰਗ ਵੀ ਉਹ ਰਹਿਣਾ, ਉਹਦੀ ਸ਼ਕਲ ਵੀ ਉਹ ਰਹਿਣੀ,
ਜ਼ਬਾਨ ਨੇ ਜ਼ਬਾਨ ਹੀ ਰਹਿਣਾ, ਦੰਦਾਂ ਨੇ ਦੰਦ ਹੀ ਰਹਿਣਾ, ਉਹਨਾਂ ਵਿੱਚ ਮੁਲਾਇਮਤਾ ਨਹੀਂ ਆਉਣੀ, ਉਹਨਾਂ ਵਿੱਚ ਕਠੋਰਤਾ ਰਹਿਣੀ ਹੈ, ਦੰਦਾਂ ਨੂੰ ਕੋਈ ਬਦਲ ਨਹੀਂ ਸਕਦਾ। ਜੇ ਬਦਲਦਾ, ਜੇ ਚੇਂਜ ਆਉਂਦੀ ਹੈ ਤਾਂ ਉਹ ਆਉਂਦੀ ਹੈ ਮਨ ਵਿੱਚ। ਇਸੇ ਲਈ ਜਿੰਨੀ ਪੜ੍ਹਾਈ ਹੈ ਧਰਮ ਦੀ ਉਹ ਮਨ ਨਾਲ ਸੰਬੰਧ ਰੱਖਦੀ ਹੈ। ਮਨ ਦੇ ਵਿੱਚ ਸੁਭਾਅ ਬਦਲਣਾ ਤੇ ਸੁਭਾਅ ਜਦੋਂ ਗੁਣਾਂ ਵਾਲਾ ਬਣਨਾ ਉਦੋਂ ਰੱਬ ਬਣ ਜਾਣਾ ਤੇ ਉਹ ਰੱਬ ਦਾ ਮਨ ਵਿੱਚ ਵਸਣਾ ਕੀ ਹੈ, ਚੰਗੇ ਗੁਣਾਂ ਦਾ ਹਿਰਦੇ ਵਿੱਚ ਵਸਣਾ। ਆਪਾਂ ਗੁਰਬਾਣੀ ਦੀ ਇੱਕ ਲਾਈਨ ਅਕਸਰ ਪੜ੍ਹਨੇ ਹਾਂ, ਗੁਰੂ ਕਹਿੰਦੇ ਨੇ ਆਸਾਨ ਨਹੀਂ। ਆਪਾਂ ਜਪੁਜੀ ਸਾਹਿਬ ਦੇ ਪਾਠ ਅੰਦਰ ਵੀ ਇੱਕ ਪੌੜੀ ਪੜ੍ਹਨੇ ਜਿਹਦੇ ਵਿੱਚ ਆਉਂਦਾ ਹੈ, ਇਹ ਤਰ੍ਹਾਂ ਹੈ ਪੱਤ ਪੌੜੀਆਂ ਚਿੜੀਏ, ਮੈਂ ਗੱਲ ਕੀਤੀ ਸੀ ਪੌੜੀਆਂ ਚੜ੍ਹਨਾ ਤੇ ਧਰਤੀ 'ਤੇ ਤੁਰਨਾ, ਇਹਦੇ ਵਿੱਚ ਬੜਾ ਫਰਕ ਹੈ। ਆਪਾਂ ਕਹਿੰਦੇ ਹਾਂ ਰੱਬ ਦੂਰ ਰਹਿੰਦਾ, ਰੱਬ ਨੇੜੇ ਦੂਰ ਹੈ, ਕੋਈ ਕਹਿੰਦਾ ਨਹੀਂ ਰੱਬ ਨੇੜੇ ਹੈ ਦੂਰ ਨੇ। ਪਰ ਗੁਰੂ ਨੇ ਇੱਕ ਲਫ਼ਜ਼ ਵਰਤ ਦਿੱਤਾ ਪੌੜੀਆਂ, ਬਲਕਿ ਇੱਕ ਹੋਰ ਸ਼ਬਦ ਵਿੱਚ ਵੀ ਲਫ਼ਜ਼ ਆਏ, ਸੰਸਾਰਿਕ ਦੀ ਦੁਨੀਆਦਾਰੀ ਦੇ ਸ਼ਕਲ ਵਿੱਚ ਆਪਾਂ ਦੇਖੀਏ ਕੋਈ ਬੜੀ ਵੱਡੀ ਉੱਚੀ ਇਮਾਰਤ ਤੇ ਨਹੀਂ ਨਾ, ਨਾ ਕਿਸੇ ਉੱਚੇ ਪਹਾੜ ਦਾ ਜ਼ਿਕਰ ਹੈ ਵੀ ਇਸ ਪਹਾੜ ਤੇ ਰੱਬ ਦਾ ਨਿਵਾਸ ਹੈ। ਆਖਰ ਉਹ ਉੱਚਾ ਥਾਂ ਕੀ ਹੋਇਆ? ਉਹ ਉੱਚਾ ਉਹੋ ਚੀਜ਼ ਹੈ ਜਿੱਥੇ ਪੌੜੀਆਂ ਚੜ੍ਹਨਾ ਪਵੇ। ਆਖਰ ਜਿੰਨਾ ਕੋਈ ਜ਼ਿਆਦਾ ਉੱਚਾ ਥਾਂ ਹੋਏਗਾ ਓਨੀਆਂ ਹੀ ਜ਼ਿਆਦਾ ਪੌੜੀਆਂ ਹੋਣਗੀਆਂ। ਅਤੇ ਆਹ ਲਫ਼ਜ਼ ਦੀ ਇੱਕ ਲਾਈਨ ਇਸ ਪੌੜੀ ਦੀ ਇਹ ਬੜੀ ਵੱਡੀ ਕੁੰਡੀ ਖੋਲਦੀ। ਉਹਦਾ ਜਿਹੜਾ ਰਾਹ ਹੈ ਨਾ ਉਹਨੂੰ ਮਿਲਣਾ ਆਸਾਨ ਨੇ, ਜਿਹੜਾ ਉਹਦਾ ਰਾਹ ਹੈ ਨਾ ਉੱਥੇ ਪੌੜੀਆਂ ਨੇ। ਤੇ ਚੱਲਣ ਵਿੱਚ, ਰਾਹ ਤੇ ਚੱਲਣ ਵਿੱਚ ਤੇ ਪੌੜੀਆਂ ਚੜ੍ਹਨ ਵਿੱਚ ਫਰਕ ਕੀ ਹੁੰਦਾ? ਰਾਹ ਚੱਲਦੇ ਆ ਮਨੁੱਖ 2 ਮੀਲ ਤੁਰਿਆ ਜਾਏ ਉਚਾਈ ਦਾ ਫਰਕ ਨਹੀਂ ਪੈਂਦਾ, ਸਦਾ ਉਹ ਹੀ ਰਹਿੰਦੀ ਹੈ, ਅੱਗੇ ਤੁਰਿਆ ਜਾਂਦਾ ਉਚਾਈ ਨਹੀਂ ਛੋੜਦਾ। ਪਰ ਪੌੜੀਆਂ ਜਦੋਂ ਚੜ੍ਹਨਾ ਹੁੰਦਾ ਉਹਦਾ ਹਰ ਇੱਕ ਕਦਮ ਪਹਿਲੇ ਨਾਲੋਂ ਉੱਚਾ ਹੁੰਦਾ, ਤਾਂ ਹੀ ਪੌੜੀਆਂ ਪੜਦੀਆਂ। ਹਰ ਇੱਕ ਕਦਮ ਪਹਿਲੇ ਨਾਲੋਂ ਉੱਚਾ ਹੈ। 2 ਕਦਮ ਪੁੱਟੋ ਤੁਸੀਂ ਦੇਖ ਸਕਦੇ ਹੋ, ਮੈਂ ਹੁਣ ਪਹਿਲੇ ਨਾਲੋਂ ਉੱਚਾ ਆ ਗਿਆ, ਜਿੱਥੇ ਪਹਿਲੇ ਕਦਮ ਸੀ ਉਹਦੇ ਨਾਲੋਂ ਮੇਰਾ ਜੀਵਨ ਮੇਰਾ ਕਦਮ ਉੱਚਾ ਆ ਗਿਆ। ਮੈਂ ਕਈ ਵਾਰੀ ਇਹ ਗੱਲ ਕਰਨਾ ਪੜੀ ਹੋ, ਕਦੀ ਇਹ ਵੀ ਦੇਖਿਆ ਵੀ ਪਿਛਲੇ ਸਾਲ ਅਸੀਂ ਜਿਸ ਪੌੜੀ 'ਤੇ ਸਨ, ਧਰਮ ਦੀ ਜਿਸ ਪੌੜੀ 'ਤੇ, ਇੱਕ ਸਾਲ ਬਾਅਦ ਕਦੀ ਨਿਗਾਹ ਮਾਰਿਓ ਪਤਾ ਸੀ ਉਸ ਪੌੜੀ ਤੋਂ ਉੱਤੇ ਆਏ ਹਾਂ, ਨਹੀਂ ਤਾਂ ਅਸੀਂ ਰਾਹ 'ਤੇ ਤੁਰੇ ਜਾਂਦੇ ਹਾਂ। ਧਰਮ ਦਾ ਰਾਹ ਅਪਣਾ ਲਿਆ, ਪੌੜੀਆਂ ਬਿਲਕੁਲ ਨਹੀਂ ਚੜੇ, ਅਤੇ ਬਿਨਾਂ ਪੌੜੀਆਂ ਤੋਂ ਮੰਦਰ 'ਤੇ ਨਹੀਂ ਚੜਿਆ ਜਾਂਦਾ, ਉਹ ਚੀਥਾ ਰਹਿੰਦਾ। ਬਾਣੀ ਵਿੱਚ ਵੀ ਸਵਾਲ, ਕਦੀ ਆਪਣੀ ਜ਼ਿੰਦਗੀ ਵੱਲ ਨਿਗਾਹ ਮਾਰ ਕੇ ਦੇਖੀਏ, ਕੱਲ ਨਾਲੋਂ ਸਾਡਾ ਜੀਵਨ ਅੱਜ ਉੱਚਾ ਹੋਇਆ? ਜੇ ਨਹੀਂ ਹੋਇਆ ਤਾਂ ਅਸੀਂ ਪੌੜੀਆਂ ਨਹੀਂ ਚੜੇ। ਗੁਰੂ ਕਹਿੰਦੇ ਨੇ ਚੜੀ
ਗੱਲ ਇੱਕ ਹੋਣ ਲਈ ਉਹਦੇ ਤੱਕ ਪਹੁੰਚ ਪੈਦਾ ਕਰਨ ਲਈ ਉਹਦੀ ਗਲਵੱਕੜੀ ਵਿੱਚ ਪਹੁੰਚਣ ਲਈ ਸਾਨੂੰ ਪੌੜੀਆਂ ਚੜ੍ਹਨੀਆਂ ਪੈਣਗੀਆਂ। ਦੇਖਣਾ ਪਏਗਾ ਅੱਜ ਨਾਲੋਂ ਕੱਲ੍ਹ ਜੀਵਨ ਉੱਚਾ ਹੋਵੇ, ਕੱਲ੍ਹ ਨਾਲੋਂ ਪਰਸੋਂ ਜੀਵਨ ਹੋਰ ਉੱਚਾ ਹੋਵੇ। ਅਤੇ ਅਸੀਂ ਤਾਂ ਸਫ਼ਰ 'ਤੇ ਮੀਲਾਂ ਬੱਧੀ ਸਾਲਾਂ ਬੱਧੀ ਕਰੀ ਜਾਂਦੇ ਹਾਂ ਧਰਮ ਦੇ ਖੇਤਰ ਵਿੱਚ, ਪਰ ਪੌੜੀਆਂ ਬਿਲਕੁਲ ਨਹੀਂ ਚੜ੍ਹਦੀ, ਜੀਵਨ ਉੱਚਾ ਨਹੀਂ ਹੋ ਰਿਹਾ। ਗੁਰੂ ਨੇ ਆਖ ਦਿੱਤਾ ਮਨ ਮੇਰਿਆ ਮੈਨੂੰ ਪੌੜੀਆਂ ਅੰਦਰ ਕਿਉਂ ਚੜੇ ਰਾਮ। ਉਹਨੂੰ ਮਿਲਣਾ ਆਸਾਨ, ਇਸ ਵਾਸਤੇ ਆਸਾਨ ਨਹੀਂ। ਹੁਣ ਉਹ ਜਿਹੜਾ ਉੱਪਰ ਚੜ੍ਹਨਾ ਕੀ ਹੈ, ਉਹ ਹੈ ਤਨ ਦੀ ਅਵਸਥਾ ਛੱਡ ਕੇ ਮਨ ਤੱਕ ਪਹੁੰਚਣਾ, ਮਨ ਦੀ ਅਵਸਥਾ ਵਿੱਚੋਂ ਫਿਰ ਮਤ ਤੱਕ, ਸ਼ਬਦ ਤੱਕ, ਸੁਰਤ ਦਾ ਤੇ ਮਤ ਦਾ ਮੇਲ ਕਰਨਾ, ਸੁਰਤ ਦਾ ਤੇ ਸ਼ਬਦ ਦਾ ਮੇਲ ਕਰਨਾ। ਇਹ ਪੌੜੀਆਂ ਨੇ, ਅਸੀਂ ਤਾਂ ਤੁਹਾਨੂੰ ਤੋਂ ਹੀ ਅੱਗੇ ਨਹੀਂ ਵਧੇ, ਪਹਿਲੀ ਪੌੜੀ 'ਤੇ ਖਲੋਤੇ। ਮੈਂ ਪੱਗ ਕਿਹੋ ਜਿਹੀ ਬਣਨੀ ਹੈ, ਜਿਹੜਾ ਪ੍ਰਕਾਸ਼ ਕਰਨਾ ਹੈ ਕਿ ਖੁੱਲ੍ਹਾ ਰੱਖਣਾ ਹੈ, ਮੈਂ ਪੈਂਟ ਪਾਉਣੀ ਹੈ ਕਿ ਮੈਂ ਪਜਾਮਾ ਪਾਉਣ, ਕਿ ਲੱਤਾਂ ਨੰਗੀਆਂ ਰੱਖਣੀਆਂ ਨੇ। ਅਕਸਰ ਨਾ ਸਾਰਾ ਬਖੇਰਾ ਇੱਥੇ ਹੀ ਖੜਾ ਨਾ ਜੀ। ਅਸੀਂ ਕਿਸੇ ਦੇ ਧਰਮ ਨੂੰ ਪਛਾਣਨਾ ਹੋਵੇ, ਕੋਈ ਆਦਮੀ ਕਿੰਨਾ ਕੁ ਧਰਮੀ ਹੈ, ਕਿੱਡਾ ਕੁ ਮਹਾਨ ਸਿੱਖ ਹੈ, ਅਸੀਂ ਕੇਵਲ ਉਹਦੇ ਪਹਿਰਾਵੇ ਤੱਕ ਸੀਮਤ ਹੈ, ਇਸ ਤੋਂ ਅੱਗੇ ਨਹੀਂ। ਸਾਡਾ ਟਕਰਾਓ ਵੀ ਕਿਸੇ ਨੂੰ ਧਰਮੀ ਬਣਾਉਣ ਲਈ ਸਾਡੀਆਂ ਸ਼ਰਤਾਂ ਵੀ ਕੇਵਲ ਸਰੀਰ ਤੱਕ ਨੇ, ਅਤੇ ਸਰੀਰ ਤਾਂ ਪਹਿਲੀ ਪੌੜੀ ਹੈ, ਤਨ ਮੈਂ ਮਨਵਾ ਅਗਲੀ ਪੌੜੀ ਜਿਹੜੀ ਹੈ। ਮਨ ਮੈਂ ਸਾਚਾ ਸੋ ਸਾਚਾ ਮਿਲ ਸਾਚੇ ਰਾਚਾ, ਹੈ ਉਹਦੇ ਤੱਕ ਪਹੁੰਚਣ ਲਈ ਤਨ 'ਚ ਤਾਂ ਉੱਠਣਾ ਪਏਗਾ, ਪਰ ਸਾਡਾ ਤਾਂ ਸਭ ਕੁਝ ਤਨ 'ਤੇ ਖਲੋ ਗਿਆ, ਪਹਿਲੀ ਪੌੜੀ 'ਤੇ ਖੜੇ। ਸਾਡਾ ਧਰਮ ਖੇਤਰ ਇੱਕ ਕੌੜੀ ਸੱਚਾਈ, ਧਰਮ ਖੇਤਰ ਸਾਰਾ ਤਨ 'ਤੇ ਹੈ, ਸਾਡੇ ਝਗੜੇ ਵੀ ਤਨ ਕਰਕੇ ਹੀ ਨੇ, ਸਾਡੀਆਂ ਨਿਸ਼ਾਨੀਆਂ, ਸਾਡੀਆਂ ਸ਼ਕਲਾਂ ਜਿਹਨੂੰ ਅਸੀਂ ਬਾਣਾ ਆਖਦੇ ਹਾਂ, ਜਿਹਨੂੰ ਅਸੀਂ ਆਪਣੀ ਨਿਸ਼ਾਨੀ ਆਖਦੇ ਹਾਂ, ਇਹ ਸਾਡੀ ਨਿਸ਼ਾਨੀ ਹੈ, ਉਹ ਸਾਰੀ ਤਨ 'ਤੇ ਖਲੋਤੀ। ਅਤੇ ਗੁਰੂ ਕਹਿੰਦੇ ਨੇ ਪਹਿਲੀ ਪੌੜੀ ਅਸੀਂ ਅਗਲੀ ਪੌੜੀ ਨਾ ਚੜ੍ਹ ਰਹੇ ਹਾਂ, ਨਾ ਉਸ ਅਗਮ ਦਰਗਮ ਤੱਕ ਪਹੁੰਚਣੇ। ਦਰਗਮ ਦਾ ਅਰਥ ਹੁੰਦਾ ਜਿਹੜਾ ਬੜਾ ਔਖਾ ਰਸਤਾ ਹੋਵੇ, ਅਗਮ ਦਾ ਮਤਲਬ ਬੇਪਛਾਣ, ਜਿਹੜੇ ਰਾਹ 'ਤੇ ਅੰਧੇਰਾ ਹੋਵੇ, ਜਾਣਨਾ ਲੋੜ ਪਵੇ ਪਛਾਣਨ ਦੀ, ਕੋਈ ਐਸਾ ਟਿਕਾਣਾ ਜਿਹਨੂੰ ਮੈਂ ਨਾ ਸਮਝਦਾ ਹੋਵਾਂ ਉਹ ਹੈ ਅਗਮ, ਅਤੇ ਕੋਈ ਐਸਾ ਟਿਕਾਣਾ ਜਿੱਥੇ ਮੈਂ ਚੜ੍ਹ ਨਾ ਸਕਦਾ ਹੋਵਾਂ, ਪਹੁੰਚ ਨਾ ਸਕਦਾ ਹੋਵਾਂ, ਉਹਨੂੰ ਦਰਗਮ ਕਹਿੰਦੇ। ਔਖਾ ਤੇ ਗੁਰੂ ਨੇ ਖਿਆਲ ਦੇ ਦਿੱਤਾ, ਕਹਿੰਦੇ ਪਤਾ ਜੇ ਰੱਬ ਕਿੱਥੇ ਰਹਿੰਦਾ, ਅਗਮ ਦਰਗਮ ਗੜ ਰਚਿਓ ਬਾਸ, ਉਹਨੇ ਆਪਣਾ ਬਾਸ ਭਾਵ ਟਿਕਾਣਾ ਵਸਣਾ ਟਿਕਾਣਾ, ਮੇਰੇ ਰੱਬ ਨੇ ਆਪਣਾ ਟਿਕਾਣਾ ਅਗਮ ਦਰਗਮ ਦੇ ਗੜ ਵਿੱਚ ਰੱਖਿਆ। ਉਹ ਅਗਮ ਦਰਗਮ ਹੈ ਮਨ, ਜਿਸ ਮਨ ਨੂੰ ਅਸੀਂ ਪਛਾਣਦੇ ਵੀ ਨਹੀਂ। ਸਤਿਗੁਰੂ ਬਾਣੀ ਅੰਦਰ ਕਿਉਂ ਮਾਰ ਮਾਰ ਰੱਖਿਆ, ਇਸ ਮਨ ਤੋਂ ਕਿਸੇ ਨੇ ਮਨ ਵੇਖਿਆ, ਤਨ ਸਾਰੇ ਵੇਖਦੇ, ਮਨ ਕਿੱਥੇ ਰਹਿੰਦਾ? ਜਿਹੜੇ ਡਾਕਟਰ ਆਪਰੇਸ਼ਨ ਕਰਦੇ ਨੇ ਉਹਨਾਂ ਕੋਲ ਪੁੱਛੋ, ਕੋਈ ਐਸਾ ਵੀ ਆਪਰੇਸ਼ਨ ਕਰ ਸਕਦੇ ਹੋ ਜਿੱਥੋਂ ਤੁਸੀਂ ਮਨ ਨੂੰ ਵਾਹ ਵੇਖ ਕੇ ਵੱਖ ਕਰ ਲਓ? ਮੈਂ ਕੀਤੀ ਸੀ, ਕਿਹੜੀ ਅਜੀਬ ਗੱਲ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਬਾਰ ਬਾਰ ਆਖਿਆ ਗਿਆ ਰੱਬ ਦਿਲ ਵਿੱਚ ਰਹਿੰਦਾ ਹੈ, ਮਸੀ ਰੱਬ ਇਹ ਆਲੀਏ ਜੰਗਲ ਕਿਆ ਨਹੀਂ ਹੁੰਦੇ, ਰੱਬ ਦਾ ਨਿਵਾਸ ਦਿਲ ਮੈਂ ਖੋਜ, ਦਿਲੋ ਦਿਲ ਖੋਜੋ, ਇਹੀ ਠੌਰ ਮੁਕਾਮ ਆ,
ਰੱਬ ਇੱਥੇ ਹੀ ਰਹਿੰਦਾ। ਤੇ ਮੈਂ ਇੱਕ ਵਾਰ ਅਰਜ਼ ਕੀਤੀ ਸੀ ਭਾਈ, ਉਹ ਦਿਲ ਤਾਂ ਇੰਨਾ ਨਾਜ਼ੁਕ ਹੈ ਵੀ ਅਸੀਂ ਕਿਸੇ ਨੂੰ ਦੋ ਲਫ਼ਜ਼ ਵੀ ਪਾਉਣੇ ਕਹਿ ਦਈਏ, ਅਸੀਂ ਕਈ ਦਿਨ ਫਲਾਣੇ ਨੂੰ ਮੈਨੂੰ ਆਹ ਵਚਨ ਕੀਤਾ, ਮੇਰਾ ਦਿਲ ਟੁੱਟ ਗਿਆ, ਮੇਰਾ ਮਨ ਟੁੱਟ ਗਿਆ। ਕਿਸੇ ਦੇ ਲਫ਼ਜ਼ ਨਾਲ ਜੀ, ਕੋਈ ਹਥੌੜਾ ਨਹੀਂ, ਕੋਈ ਠੋਸ ਚੀਜ਼ ਨਹੀਂ, ਕੋਈ ਸਥੂਲ ਨਹੀਂ, ਵਚਨ ਕੋਈ ਸਥੂਲ ਤਾਂ ਹੈ ਨਹੀਂ, ਸੂਖਮ ਹੈ। ਕਿਸੇ ਦੇ ਇੱਕ ਬੋਲ ਨਾਲ ਦਿਲ ਟੁੱਟ ਜਾਂਦਾ, ਇੰਨਾ ਵੀ ਬਰਦਾਸ਼ਤ ਨਹੀਂ ਕਰਦਾ ਕਿੰਨਾ ਨਾਜ਼ੁਕ ਹੋਇਆ। ਤੇ ਉਸ ਦਿਲ ਦੇ ਉੱਤੇ ਰੱਬ ਬੈਠਾ ਹੈ, ਰੱਬ ਦੇ ਬਹਿਣ ਨਾਲ ਦਿਲ ਨਹੀਂ ਟੁੱਟਦਾ, ਭਲਾ ਰੱਬ ਕਿੰਨਾ ਨਾਜ਼ੁਕ ਹੋਇਆ ਜਿਹੜਾ ਜਿਹਦੇ ਉੱਤੇ ਬਹਿਣ ਨਾਲ ਦਿਲ ਨਹੀਂ ਟੁੱਟਿਆ। ਰੱਬ ਦਿਲ ਤੇ ਬੈਠਾ ਹੈ, ਦਿਲ ਮੈਂ ਖੋਜ ਦੇ ਲੋ, ਦਿਲ ਖੋਜੋ, ਇਹੀ ਹੋਰ ਮੁਕਾਮ ਆ, ਪਰ ਦਿਲ ਟੁੱਟਿਆ ਨਹੀਂ। ਜਿਹੜਾ ਦਿਲ ਕਿਸੇ ਦੇ ਕਹੇ ਹੋਏ ਇੱਕ ਲਫ਼ਜ਼ ਨਾਲ ਟੁੱਟ ਜਾਂਦਾ, ਇੱਥੋਂ ਪਤਾ ਲੱਗਦਾ ਵੀ ਦਿਲ ਕਿੱਡਾ ਸੂਖਮ ਹੈ, ਅਤੇ ਉਹਦੇ 'ਤੇ ਬੈਠਣ ਵਾਲਾ, ਉਹਦਾ ਘਰ, ਉਹਦੇ 'ਤੇ ਆਪਣਾ ਘਰ ਬਣਾਉਣ ਵਾਲਾ ਕਿੱਡਾ ਸੂਖਮ ਹੈ, ਕਿਉਂਕਿ ਉਹ ਅਗਮ ਗੋਚਰ ਹੈ, ਸੂਖਮ ਹੈ। ਇਸ ਲਈ ਉਹਨੇ ਆਪਣਾ ਘਰ ਵੀ ਅਗਮ ਦਰਗਮ ਗੜ ਰਚਿਓ ਬਾਸ, ਉਹਨੇ ਆਪਣਾ ਘਰ ਵੀ ਅਗਮ ਦਰਗਮ ਬਣਾਇਆ। ਹੁਣ ਸੋਚਣਾ ਇਹ ਹੈ ਕਿ ਉਸ ਅਗਮ ਨਾ ਪਹੁੰਚ ਸਕਣ ਵਾਲੇ ਉੱਚੇ ਘਰ, ਜਿੱਥੇ ਪੌੜੀਆਂ ਦੀ ਲੋੜ ਹੈ, ਜਿੱਥੇ ਪਾਰ ਲੰਘਣ ਦੀ ਲੋੜ ਹੈ, ਜਿੱਥੇ ਚੱਪੂ ਅਤੇ ਜਿੱਥੇ ਕਿਸ਼ਤੀਆਂ ਅਤੇ ਮਲਾਹਾਂ ਦੀ ਲੋੜ ਹੈ, ਜਿੱਥੇ ਪਹੁੰਚੇ ਬਿਨਾਂ ਮਿਲਾਪ ਕੋਈ ਨਹੀਂ। ਗੁਰੂ ਨੇ ਆਖ ਤਾਂ ਹੁਣੇ ਤਾਂ ਪਾਈ ਸੀ, ਇਹ ਮਨ ਮੇਰਿਆ ਬਿਨ ਪੌੜੀਆਂ ਮੰਦਰ ਕਿਉਂ ਚੜੇ ਰਾਮ, ਅਤੇ ਅਗਲੀ ਲਾਈਨ ਸੀ ਇਹ ਮਨ ਮੇਰਿਆ ਬਿਨ ਬੇੜੀ ਪਾਰ ਨਾਮ ਬਣੇ ਰਾਮ, ਅਤੇ ਪਾਰ ਜਾ ਕੇ ਕਰਨਾ ਕੀ ਹੈ, ਪਾਰ ਸਾਜਣ ਅਪਾਰ ਪ੍ਰੀਤਮ। ਬੜਾ ਸਪਸ਼ਟ ਸੀ, ਉਹ ਅਗਮ ਗੋਚਰ ਹੈ। ਇਸ ਲਈ ਉਹਨੇ ਅਗਮ ਦਰਗਮ ਇੱਕ ਮਨ ਉਹ ਰਚਿਆ ਆਪਣੇ ਵਸਣ, ਵਸਣ ਲਈ ਟਿਕਾਣਾ, ਆਪਣੇ ਵਸਣ ਲਈ ਇੱਕ ਘਰ ਬਣਾਇਆ ਤਨ ਦੇ ਅੰਦਰ। ਮਨ ਤਨ ਮੈਂ ਮਨੂਆ, ਮਨ ਮੈਂ ਸਾਚਾ, ਉਹਦੇ ਵਿੱਚ ਪ੍ਰਭੂ ਆਪ ਬੈਠ ਗਿਆ। ਹੁਣ ਤੇਰੇ ਲਈ ਮੁਸ਼ਕਲ ਇਹ ਹੈ ਕਿ ਤੂੰ ਤਨ 'ਤੇ ਖਲੋਤਾ ਹੈ, ਮਨ ਤੱਕ ਪਹੁੰਚਦਾ ਵੀ ਨਹੀਂ। ਇਹੋ ਕਾਰਨ ਹੈ ਜਿੰਨੀ ਤੂੰ ਬਾਣੀ ਪੜ੍ਹਨਾ, ਜਿੰਨਾ ਉਪਦੇਸ਼ ਸੁਣਨਾ, ਉਹ ਸਾਰਾ ਤਨ 'ਤੇ ਹੀ ਰਹਿ ਜਾਂਦਾ, ਮਨ ਤੱਕ ਪਹੁੰਚਦਾ ਹੀ ਨਹੀਂ। ਹਾਲਾਂਕਿ ਗੁਰੂ ਨੇ ਵਾਰ ਵਾਰ ਇਹ ਗੱਲ ਆਖੀ ਸੀ ਕਿ ਭਰਿਆ ਗੁਰੂ ਉਪਦੇਸ਼ ਜਿਹੜਾ ਹੈ ਉਹਨੂੰ ਮਨ ਤੱਕ ਲੈ ਕੇ ਜਾ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੀ ਇਹੋ ਗੱਲ ਆਖੀ, ਕਹਿਣ ਲੱਗੇ ਆ ਗਾਵੋ ਸੱਚੀ ਬਾਣੀ ਦਾ ਆਪਾਂ ਸ਼ਬਦ ਪੜ੍ਹਨੇ ਆ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤੇ ਨਸ ਮਾਣੇ, ਹਿਰਦੇ ਤੱਕ, ਮਨ ਤੱਕ, ਦਿਲ ਤੱਕ ਪਹੁੰਚਾ, ਉੱਥੇ ਤੱਕ ਤਾਂ ਪਹੁੰਚਦਾ ਨਹੀਂ, ਤਨ ਤੱਕ ਰਹਿ ਜਾਂਦੀ ਹੈ। ਤਨ ਨਾਲ ਹੀ ਤੂੰ ਸੁਣ ਰਿਹਾ ਹੈ ਕੰਨਾਂ ਰਾਹੀਂ, ਅਤੇ ਤਨ ਰਾਹੀਂ ਭਾਵ ਜ਼ਬਾਨ ਨਾਲ ਬੋਲ ਰਿਹਾ। ਤੇਰਾ ਸੁਣਨਾ ਅਤੇ ਬੋਲਣਾ ਦੋਨੋਂ ਚੀਜ਼ਾਂ ਤਨ ਦਾ ਹਿੱਸਾ ਨੇ, ਅੰਦਰ ਨਹੀਂ ਜਾ ਰਹੀ। ਉਹਦਾ ਨਤੀਜਾ ਇਹ ਹੈ ਕਿ ਤੂੰ ਪੌੜੀਆਂ ਨਹੀਂ ਚੜ੍ਹਦੀ। ਮਾਲਕ ਜਿਹੜਾ ਹੈ ਉਹ ਬੈਠਾ ਹੈ ਮਨ ਵਿੱਚ, ਜਿੰਨੀ ਦੇਰ ਤੂੰ ਮਨ ਤੱਕ ਪਹੁੰਚ ਨਹੀਂ ਕਰਦਾ ਓਨੀ ਦੇਰ ਤੈਨੂੰ ਪ੍ਰਭੂ ਦਾ ਮਿਲਾਪ ਨਹੀਂ ਹੁੰਦਾ। ਫਿਰ ਕਹਿਣ ਲੱਗੇ ਉਸ ਮਨ ਤੱਕ ਪਹੁੰਚਾਂ ਅਤੇ ਉਹਦੀ ਨਿਸ਼ਾਨੀ ਕੀ ਹੈ, ਕਿਵੇਂ ਮਿਲਾਂ, ਉੱਥੇ ਜਾ ਕੇ ਵੀ ਕਿਵੇਂ ਮਿਲਾਂ, ਕਿਉਂਕਿ ਗੁਰਬਾਣੀ ਅੰਦਰ ਇੱਕ ਲਫ਼ਜ਼ ਆ ਚੁੱਕੇ ਨੇ, ਬਿਨ ਸ਼ਬਦ ਦੇ ਅੰਤਰ ਅੰਦਰ ਅੰਧੇਰਾ ਹੈ, ਮਨ ਵਿੱਚ ਵੀ ਅੰਧੇਰਾ, ਮਨ ਵਿੱਚ ਵੀ ਅੰਧੇਰਾ। ਕਹਿੰਦੇ ਨੇ ਨਾ ਵਸਤ ਲਹੇ ਨਾ ਚੁੱਕੇ ਫੇਰ, ਅੰਦਰ ਵਸਤੂ ਹੈ ਪਰ ਅੰਦਰ ਅੰਧੇਰਾ ਹੋਣ ਕਰਕੇ ਪ੍ਰਾਪਤ ਨਹੀਂ ਹੋ ਰਹੀ। ਕਹਿਣ ਲੱਗੇ ਇਸ ਲਈ ਇੱਕ ਗੱਲ ਦਾ ਖਿਆਲ ਰੱਖੇ, ਜਿੰਨੀ ਦੇਰ ਅੰਦਰ ਰੋਸ਼ਨੀ ਨਹੀਂ ਹੁੰਦੀ
ਸ਼ਬਦ ਚਾਨਣ ਦੀਪਕ ਨਹੀਂ ਬਲਦਾ, ਉਨੀ ਦੇਰ ਅੰਦਰ ਬੈਠਾ ਹੋਇਆ ਰੱਬ ਵੀ ਨਹੀਂ ਮਿਲਦਾ। ਹੁਣ ਅਗਲੀ ਰਾਜ ਪੜ ਕਹਿਣ ਲੱਗੇ, ਬਿਜਲੀ ਚਮਕੇ ਜਿਹਦੇ ਵਿੱਚ ਰੱਬ ਨੇ ਆਪਣਾ ਵਾਸਾ ਰੱਖਿਆ ਹੋਇਆ, ਮਨ ਰੂਪੀ ਅਗਮ ਦਰਗਮ ਘਰ ਵਿੱਚ, ਉੱਥੇ ਜਿੰਨੀ ਦੇਰ ਗਿਆਨ ਦਾ ਚਾਨਣ ਨਹੀਂ ਹੁੰਦਾ ਓਨੀ ਦੇਰ ਰੱਬ ਦਾ ਮਿਲਾਪ ਨਹੀਂ ਹੁੰਦਾ। ਸਾਰੀ ਖੁਸ਼ੀ ਇਹ ਸਾਰੇ ਸੁੱਖ ਜਿਹੜੇ ਤੇਰੇ ਕੋਲੋਂ ਬੁਢੇਪੇ ਨੇ, ਕਮਜ਼ੋਰੀ ਨੇ, ਭਾਵ ਆਤਮਕ ਕਮਜ਼ੋਰੀ ਨੇ, ਆਤਮਕ ਮੌਤ ਨੇ ਅਤੇ ਭਰਮਾਂ ਨੇ ਖੋਹ ਲਏ ਨੇ ਸਾਰੇ ਸੁੱਖ, ਉਹ ਸਾਰੇ ਸੁੱਖ ਕਿਵੇਂ ਪ੍ਰਾਪਤ ਹੋਣਗੇ? ਬਿਜਲੀ ਚਮਕੇ, ਅੰਦਰ ਗਿਆਨ ਦੀ ਰੋਸ਼ਨੀ ਆਵੇ, ਹੋਏ ਆਨੰਦ, ਫਿਰ ਕੀ ਦੇਖੇਗਾ? ਉੱਥੇ ਪ੍ਰਭੂ ਬਾਲ ਗੋਬਿੰਦ ਬੈਠਾ। ਇੱਥੇ ਇੱਕ ਲਫ਼ਜ਼ ਬਾਲ ਕਿਉਂ ਵਰਤਿਆ ਨੇ? ਇਸ ਲਫ਼ਜ਼ ਨੂੰ ਆਪਾਂ ਚੰਗੀ ਤਰ੍ਹਾਂ ਸਮਝ ਲਈਏ। ਲਫ਼ਜ਼ ਬਾਲ ਕਿਉਂ ਵਰਤਿਆ ਨੇ? ਰੱਬ ਬੱਚਾ ਅੱਗੇ ਵੀ ਕਹੀ ਜਾ ਚੁੱਕਾ ਕਿ ਹਰ ਇੱਕ ਸ਼ਬਦ ਦੇ ਪਿੱਛੇ ਕੁਝ ਕੰਸੈਪਟ ਹੈ, ਉਹਦੇ ਗੁਣ ਨੇ। ਬਚਪਨ ਇੱਕ ਗੁਣਾਂ ਦਾ ਸੰਗ੍ਰਹਿ ਹੈ, ਬਾਲਪਨ ਇੱਕ ਗੁਣਾਂ ਦਾ ਸੰਗ੍ਰਹਿ ਹੈ। ਬੱਚੇ ਵਿੱਚ ਵੈਰ ਵਿਰੋਧ ਨਹੀਂ ਹੁੰਦਾ, ਰੱਬ ਵਿੱਚ ਵੀ ਵੈਰ ਵਿਰੋਧ ਨਹੀਂ। ਉਹ ਕਿਸੇ ਦਾ ਆਪਣਾ, ਕਿਸੇ ਦਾ ਬੇਗਾਨਾ ਨਹੀਂ। ਇਸੇ ਲਈ ਆਖਦੇ ਨੇ ਨਿਰਭਉ ਨਿਰਵੈਰ। ਬੱਚੇ ਵਿੱਚ ਨਿਰਭੈਤਾ ਹੁੰਦੀ ਹੈ, ਬੱਚੇ ਵਿੱਚ ਨਿਰਵੈਰਤਾ ਹੁੰਦੀ ਹੈ, ਬੱਚੇ ਵਿੱਚ ਲੋਭ ਨਹੀਂ ਹੁੰਦਾ। ਉਹ ਲਾਲਚ ਲਈ ਕਿਸੇ ਦਾ, ਬੱਚੇ ਦਾ ਮਿੱਤਰ ਨਹੀਂ ਬਣਦਾ। ਬਚਪਨ ਦੇ ਮਿੱਤਰ ਜਿਹੜੇ ਨੇ ਲਾਲਚ ਲਈ ਨਹੀਂ ਬਣਦੇ, ਉਹਦੇ ਵਿੱਚ ਲੋਭ ਲਾਲਚ ਨਹੀਂ ਹੁੰਦਾ, ਉਹਦੇ ਵਿੱਚ ਈਰਖਾ ਦੁਆਖਤਾ ਵੀ ਨਹੀਂ ਹੁੰਦੀ। ਬਚਪਨ ਵਿੱਚ ਈਰਖਾ, ਜੇ ਭਲਾ ਇਹ ਸਾਰੀਆਂ ਚੀਜ਼ਾਂ ਖਤਮ ਹੋ ਜਾਣ ਅਤੇ ਅੰਦਰ ਆ ਜਾਣ ਗੁਣ, ਅਤੇ ਫਿਰ ਰੱਬ ਵਿੱਚ ਅਤੇ ਬੱਚੇ ਵਿੱਚ ਫਿਰ ਕੀ ਫਰਕ ਰਹਿ ਜਾਏ? ਐਵੇਂ ਹੀ ਲੋਕ ਆਖ ਦਿੰਦੇ ਬੱਚੇ ਰੱਬ ਦੇ ਰੂਪ ਹੁੰਦੇ ਨੇ, ਕਿਉਂਕਿ ਉਹਨਾਂ ਕੋਲ ਗੁਣ ਉਹ ਨੇ ਜਿਹੜੇ ਰੱਬ ਵਾਲੇ ਨੇ। ਰੱਬ ਨਿਰਵੈਰ ਹੈ, ਉਹ ਵੀ ਨਿਰਵੈਰ ਨੇ। ਰੱਬ ਨਿਰਲੋਭ ਹੈ, ਉਹ ਵੀ ਨਿਰਲੋਭ ਨੇ। ਰੱਬ ਵਿੱਚ ਈਰਖਾ ਕੋਈ ਨਹੀਂ, ਉਹਨਾਂ ਵਿੱਚ ਵੀ ਈਰਖਾ ਕੋਈ ਨਹੀਂ। ਰੱਬ ਵਿੱਚ ਕੋਈ ਲਾਲਚ ਨਹੀਂ। ਇੱਥੇ ਆਉਂਦੇ ਹੋ ਕਦੀ ਅਸੀਂ ਆਪਣੀਆਂ ਲੋੜਾਂ ਲਈ ਅਤੇ ਇਹਨਾਂ ਇਮਾਰਤਾਂ ਅਤੇ ਇਹਨਾਂ ਸਾਧਨਾਂ ਕਰਨ ਲਈ ਅਸੀਂ ਗੋਲਕਾਂ ਜਾਂ ਕੋਈ ਚੀਜ਼ਾਂ ਲੋਕ ਰੱਖਦੇ ਨੇ, ਜਮ੍ਹਾਂ ਕਰਾਉਂਦੇ ਨੇ, ਕਰਦੇ ਨੇ। ਉਹਨਾਂ ਤੋਂ ਹੁਣ ਲੜਾਈਆਂ ਵੀ ਹੁੰਦੀਆਂ ਨੇ, ਕੇਸ ਵੀ ਚੱਲਦੇ ਨੇ। ਕਦੇ ਗੁਰੂ ਨੇ ਤਾਂ ਨਹੀਂ ਆਖਿਆ ਕਿ ਮੇਰੇ ਦਰਵਾਜ਼ੇ ਤਾਂ ਆਇਓ, ਇੰਨੀ ਭੇਟਾ ਰੱਖੋ, ਤਾਂ ਉਹਨੂੰ ਤਾਂ ਲੋੜ ਹੀ ਕੋਈ ਨਹੀਂ। ਕਹਿਣ ਲੱਗੇ ਰੱਬ ਵਾਲੇ ਜਿੰਨੇ ਗੁਣ ਨੇ ਉਹ ਬੱਚੇ ਵਿੱਚ ਨੇ, ਤੇ ਬਚਪਨ ਵਾਲੇ ਜਿੰਨੇ ਗੁਣ ਨੇ ਉਹ ਰੱਬ ਵਿੱਚ ਨੇ। ਇਸ ਲਈ ਜਦੋਂ ਅੰਦਰ ਗਿਆਨ ਆ ਜਾਏਗਾ ਨਾ, ਉਦੋਂ ਤੇਰੇ ਅੰਦਰ ਉਹ ਰੱਬ ਗੁਣ ਰੂਪ ਇਹ ਸਾਰੇ, ਤੇਰੀ ਈਰਖਾ ਵੀ ਖਤਮ ਹੋ ਜਾਏਗੀ। ਜਿਸ ਦਿਨ ਤੇਰੇ ਅੰਦਰ ਗਿਆਨ ਆ ਗਿਆ, ਸ਼ਬਦ ਦਾ ਗਿਆਨ ਆਇਆ, ਸ਼ਬਦ ਦੀ ਰੋਸ਼ਨੀ ਆਈ, ਜਿਸ ਦਿਨ ਸ਼ਬਦ ਦੀ ਬਿਜਲੀ ਚਮਕ ਪਈ ਅੰਦਰ ਹਿਰਦੇ ਦੇ ਮਨ ਵਿੱਚ, ਉਸ ਦਿਨ ਤੇਰੇ ਅੰਦਰੋਂ ਈਰਖਾ ਵੀ ਖਤਮ ਹੋ ਜਾਏਗੀ, ਲੋਭ ਲਾਲਚ ਵੀ ਖਤਮ ਹੋ ਜਾਏਗਾ, ਭੈ ਨਿਰਵੈਰਤਾ ਇਹ ਸਾਰੀ ਚੀਜ਼ ਅੰਦਰ ਨਿਰਭੈਤਾ ਆ ਜਾਏਗੀ। ਫਿਰ ਸਮਝੇਗਾ, ਮਹਿਸੂਸ ਕਰੇਗਾ, ਹੁਣ ਮੇਰੇ ਅੰਦਰ ਰੱਬ ਆ ਗਿਆ। ਇਉਂ ਤੇਰਾ ਅਤੇ ਰੱਬ ਦਾ ਮਿਲਾਪ ਹੋਏਗਾ, ਅਤੇ ਇਸ ਮਿਲਾਪ ਨਾਲ ਤੇਰੀਆਂ ਸਾਰੀਆਂ ਕਮਜ਼ੋਰੀਆਂ ਜਿਹੜੀਆਂ ਤੇਰੀ ਬੁਢੇਪੇ ਦੇ ਰੂਪ ਵਿੱਚ ਨੇ, ਕਮਜ਼ੋਰੀਆਂ ਆਤਮਾ ਦੀਆਂ, ਅਤੇ ਮੌਤ ਦੇ ਰੂਪ ਵਿੱਚ ਨੇ, ਕਮਜ਼ੋਰੀਆਂ ਆਤਮਾਵਾਂ ਦੀਆਂ, ਅਤੇ ਬਹੁਤੇ ਭੇਖਾਂ ਵਿੱਚ, ਕਰਮ ਕਾਂਡ ਵਿੱਚ ਫਸ ਕੇ ਤੂੰ ਭਰਮ ਰਿਹਾ, ਭਟਕ ਰਿਹਾ। ਇਹ ਸਾਰੀਆਂ ਕਮਜ਼ੋਰੀਆਂ ਉਸ ਚਾਨਣ ਰੋਸ਼ਨੀ ਵਿੱਚ ਦੂਰ ਹੋ ਜਾਣਗੀਆਂ। ਕਹਿਣ ਲੱਗੇ ਬਿਜਲੀ ਚਮਕੇ
ਅਸੀਂ ਉਸਨੂੰ ਤਣ ਵਿੱਚ ਭਾਲ ਰਹੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਸ਼ਬਦ ਹੈ, ਉੱਥੇ ਵੀ ਜਫਨ ਅਗਮ ਤੋਂ ਸ਼ੁਰੂ ਹੁੰਦਾ, ਅਗਮ ਰੂਪ ਕਾ ਮਨ ਮੈਂ ਥਾਣਾ, ਗੁਰਬਾਣੀ ਦੀ ਲਾਈਨ ਹੈ। ਜਿਹੜਾ ਉਹ ਅਗਮ ਰੂਪ ਹੈ ਉਹਦਾ ਟਿਕਾਣਾ ਮਨ ਵਿੱਚ ਹੈ, ਸਾਡੀ ਪਹੁੰਚ ਮਨ ਤੱਕ ਕੋਈ ਨਹੀਂ। ਅਸੀਂ ਬਾਹਰੋਂ ਤਾਂ ਲਾਈਟਾਂ ਜਗਾ ਕੇ ਦੀਵਾਲੀਆਂ ਬਣਾ ਰਹੇ ਹਾਂ, ਪਰ ਬਿਨ ਸ਼ਬਦ ਦੇ ਅੰਤਰ ਅਨੇਰਾ ਨਹੀਂ ਰਿਹਾ। ਮਨ ਰੋਸ਼ਨੀ ਵਿੱਚ ਨਹੀਂ ਜਾ ਰਿਹਾ, ਮਨ ਤੱਕ ਅਸੀਂ ਦੀਪਕ ਲਿਜਾ ਨਹੀਂ ਰਹੇ ਸ਼ਬਦ ਦਾ। ਤਨ ਤੇ ਅਸੀਂ ਸਿੱਖੀ ਦੀ ਪਰਖ ਕਰ ਰਹੇ ਹਾਂ, ਤਨ ਨੂੰ ਹੀ ਸਿੱਖੀ ਦੀ ਨਿਸ਼ਾਨ ਬਣਾ ਲਿਆ। ਤਨ ਦੀਆਂ ਨਿਸ਼ਾਨੀਆਂ ਪਿੱਛੇ ਅਸੀਂ ਲੜਾਈਆਂ ਝਗੜੇ ਇਖਤਲਾਫ ਹੋ ਰਹੇ ਨੇ। ਇਹੋ ਕਾਰਨ ਹੈ ਸਾਡੇ ਅੰਦਰੋਂ ਸੁਭਾਅ ਨਹੀਂ ਬਦਲ ਰਿਹਾ। ਸੁਭਾਅ ਸੀ ਈਰਖਾ ਨੂੰ ਛੱਡਣਾ, ਦੁਵੈਖਤਾ ਨੂੰ ਛੱਡਣਾ, ਲਾਲਚ ਨੂੰ ਛੱਡਣਾ, ਉਹ ਕੁਝ ਵੀ ਨਹੀਂ ਛੱਡਿਆ ਗਿਆ ਕਿਉਂਕਿ ਅੰਦਰ ਤਾਂ ਚਾਨਣ ਹੋਇਆ ਹੀ ਕੋਈ ਨਹੀਂ। ਅੰਦਰ ਚਾਨਣ ਇਸ ਲਈ ਨਹੀਂ ਹੋਇਆ ਕਿਉਂਕਿ ਸਾਡੀ ਉੱਥੇ ਪਹੁੰਚ ਹੀ ਕੋਈ ਨਹੀਂ। ਜਿੱਥੇ ਅਸੀਂ ਪਹੁੰਚ ਨਹੀਂ ਸਕਦੇ ਉੱਥੇ ਚਾਨਣ ਕੀ ਕਰਾਂਗੇ, ਉਹ ਅਗਮ ਤਰਕਮ ਹੈ। ਔਖਾ ਠਿਕਾਣਾ ਮਨ ਤੱਕ ਪਹੁੰਚਣਾ ਕੋਈ ਆਸਾਨ ਨਹੀਂ। ਸਤਿਗੁਰ ਨੇ ਬਾਣੀ ਅੰਦਰ ਐਵੇਂ ਨਹੀਂ ਆਖਿਆ, ਕਹਿਣ ਲੱਗੇ ਗ੍ਰਹਿ ਤਜ ਬਣ ਖੰਡ ਜਾਈਏ ਚੁਣ ਖਾਈਏ ਕੰਧਾ, ਪਰ ਅਗਲੀ ਲਾਈਨ ਵਿੱਚ ਕਹਿਣ ਲੱਗੇ ਅਜੋ ਬੇਕਾਰ ਨਾ ਛੋੜ ਲਈ ਪਾਪੀ ਮਨ ਮੰਦਾ, ਘਰ ਬਾਰ ਛੱਡ ਕੇ ਜੰਗਲਾਂ ਵਿੱਚ ਚਲਾ ਗਿਆ। ਪਰ ਮਨ ਨਾ ਬਦਲ ਸਕਿਆ ਕਿਉਂਕਿ ਤਨ ਨੇ ਕਾਰੋਬਾਰ ਛੱਡਿਆ, ਮਨ ਨੇ ਨਹੀਂ ਛੱਡਿਆ। ਸੋ ਜਿੰਨੀ ਦੇਰ ਬਾਬਾ ਕਬੀਰ ਜੀ ਦੇ ਅੱਜ ਦੇ ਸ਼ਬਦ ਦੀ ਜਿਹੜੀ ਮੁੱਖ ਗੱਲ ਸੀ ਸਮਝਣ ਵਾਲੀ, ਉਹ ਸੀ ਅਗਮ ਦੁਰਗਮ ਗੜ ਰਚਿਓ ਵਾਸ। ਮੇਰੇ ਰੱਬ ਨੇ ਇਹ ਮਨ ਨੂੰ ਆਪਣਾ ਵਾਸਾ ਬਣਾਇਆ ਹੈ ਜਿਹੜਾ ਅਗਮ ਦੁਰਗਮ ਹੈ। ਇੱਥੋਂ ਤੱਕ ਜਿੰਨੀ ਦੇਰ ਬਿਜਲੀ ਨਹੀਂ ਚਮਕਦੀ, ਜਿੰਨੀ ਦੇਰ ਇਸ ਮਨ ਅੰਦਰ ਗਿਆਨ ਦੀ ਰੋਸ਼ਨੀ ਨਹੀਂ ਜਾਂਦੀ, ਉਨੀ ਦੇਰ ਅੰਦਰ ਬੈਠਾ ਰੱਬ ਮਿਲਦਾ ਨਹੀਂ। ਅਗਮ ਦੁਰਗਮ ਘੜਕੀਓ ਵਾਸ, ਜਾਂ ਮੈਂ ਜੋਤ ਕਰੇ ਪ੍ਰਗਾਸ, ਉਹਦੇ ਵਿੱਚ ਰਹਿੰਦਾ ਪਰ ਮਿਲਦਾ ਉਦੋਂ ਜਦੋਂ ਬਿਜਲੀ ਚਮਕੇ ਹੋਏ ਅਨੰਤ, ਅਤੇ ਉਦੋਂ ਕੀ ਹੋਏਗਾ, ਉਦੋਂ ਸੁਭਾਅ ਬਦਲ ਜਾਏਗਾ, ਬਾਲ ਗੋਬਿੰਦ ਹੋ ਜਾਏਗਾ। ਨਾ ਉੱਥੇ ਈਰਖਾ ਰਹੇਗੀ, ਨਾ ਲਾਲਚ ਰਹੇਗਾ, ਨਾ ਦੁਵੈਖਤਾ ਰਹੇਗੀ, ਨਾ ਟਕਰਾਓ ਰਹੇਗਾ, ਉਹ ਬਾਲ ਗੋਬਿੰਦ ਉਦੋਂ ਮਿਲੇਗਾ। ਸੋ ਐਸੇ ਦੋ ਲਫਜ਼ਾਂ ਅੰਦਰ
ਬਾਬਾ ਕਬੀਰ ਜੀ ਨੇ ਦੋ ਲਾਈਨਾਂ ਵਿੱਚ ਰੱਬ ਦਾ ਟਿਕਾਣਾ ਮਨੁੱਖ ਨੂੰ ਅਗਲੀ ਪੌੜੀ 'ਤੇ ਚੜ੍ਹਨ ਲਈ ਸਮਝਾਇਆ ਹੈ ਵੀ ਸਿਰਫ ਤਣ ਦੀ ਪੌੜੀ 'ਤੇ ਨਾ ਖੜ੍ਹਾ ਰਹੋ, ਇਸ ਤੋਂ ਅੱਗੇ ਵੀ ਨਿਕਲ। ਤੂੰ ਤਾਂ ਆਪਣਾ ਸਾਰਾ ਦਾਰੋਮਦਾਰ ਤਣ 'ਤੇ ਹੀ ਬਣਾ ਰਿਹਾ ਹੈ। ਜਿੰਨੇ ਵੀ ਫੈਸਲੇ ਅਸੀਂ ਕਰ ਰਹੇ ਹਾਂ ਉਹ ਸਾਰੇ ਤਣ 'ਤੇ, ਜੇ ਭਾਵੇਂ ਸਜ਼ਾ ਦੇਣੀ ਹੈ ਤਣ 'ਤੇ, ਜੇ ਸੁਧਾਰਨਾ ਤਣ ਨੂੰ, ਬਦਲਣਾ ਤਣ ਨੂੰ, ਜੇ ਸ਼ਿੰਗਾਰਨਾ ਹੈ ਤਣ ਨੂੰ, ਅਸੀਂ ਤਾਂ ਇਸ ਤੋਂ ਅੱਗੇ ਵਧਿਆ ਹੀ ਨਹੀਂ। ਉਹ ਜਿਹੜਾ ਪ੍ਰਭੂ ਦਾ ਵਾਸਾ ਸੀ ਉੱਥੋਂ ਤਾਂ ਉਹ ਤਾਂ ਹੈ ਹੀ ਅਗਮ ਪ੍ਰਗਮ ਸੀ, ਉੱਥੇ ਤੱਕ ਅਸੀਂ ਪਹੁੰਚੇ ਹੀ ਨਹੀਂ। ਇਸੇ ਲਈ ਅਗਮ ਗੋਚਰ ਨਾਲ ਮੇਲ ਨਹੀਂ ਹੋ ਸਕਿਆ। ਗੁਰੂ ਬਖਸ਼ਿਸ਼ ਕਰੇ ਸਾਨੂੰ ਜੀਵਨ ਪੌੜੀਆਂ ਵਾਂਗੂ, ਹਰ ਪਲ, ਹਰ ਦਿਨ, ਹਰ ਵਰ੍ਹਾ, ਹਰ ਮਹੀਨਾ ਸਾਨੂੰ ਸੋਚੀ ਪਾ ਦੇਵੇ ਕਿ ਕੱਲ੍ਹ ਅਸੀਂ ਕੀ ਕਰ ਰਹੇ ਸਾਂ, ਅੱਜ ਕੀ ਕਰ ਰਹੇ ਹਾਂ। ਜੇ ਸਾਲ ਬਾਅਦ ਵੀ ਅਸੀਂ ਉੱਥੇ ਹੀ ਖੜ੍ਹੇ ਹਾਂ ਤਾਂ ਫਿਰ ਕੋਈ ਪੌੜੀ ਨਹੀਂ ਚੜ੍ਹੇ। ਪੌੜੀ ਚੜ੍ਹਨ ਦਾ ਮਤਲਬ ਹੈ ਹਰ ਇੱਕ ਸਟੈਪ ਪਹਿਲੇ ਸਟੈਪ ਤੋਂ ਉੱਚਾ ਹੋਵੇ। ਇਹਨਾਂ ਸ਼ਬਦਾਂ ਨਾਲ ਕਿ ਮੰਦਰ ਜਾ ਚੁੱਕਾ ਫਤਿਹ ਬੁਲਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।